ਦੀਪਕ ਨੂੰ ਹੱਥ ਜਦ ਕਿਸੇ ਪਾਇਆ ਹੋਇਆ ਉਸ ਦਾ ਸਤਿਆ ਨਾਸ। ਵੇਖੋ ਰਾਜ ਮੰਤਰੀ ਫੌਜੀ ਜਰਨੈਲ ਸਾਰੇ ਸਦਾ ਦਾਤਾ ਸਰਦਾਰੀ ਦੀ ਮੰਗਦੇ ਸੀ। ਦਾੜੀ ਮੁੱਛਾਂ ਮੇਰੇ
ਸਮੁੱਚੀ ਸਿੱਖ ਸੰਗਤ
ਗੁਰੂ ਰੂਪ ਖਾਲਸਾ ਜੀਓ, ਆਓ ਸਭ ਤੋਂ ਪਹਿਲਾਂ ਲਵਾਓ ਜੱਥੇ ਦੀ ਹਾਜ਼ਰੀ, ਸਤਿਗੁਰਾਂ ਦੀ ਬਖਸ਼ੀ ਫਤਿਹ ਪ੍ਰਵਾਨ ਕਰੋ। ਕੋਈ ਵੀ ਰਸਮਾਂ ਕੋਈ ਵੀ ਠੀਪਾ ਫਤਿਹ ਤੋਂ ਬਾਕੀ ਨਾ ਰਹਿ ਜਾਵੇ। ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਰਸੋਂ ਤੋਂ ਲੈ ਕਰਕੇ ਆਪਾਂ ਧੰਨ ਗੁਰੂ ਦਸ਼ਮੇਸ਼ ਪਿਤਾ ਬਾਜਾ ਵਾਲੇ ਪਾਤਸ਼ਾਹ ਜੀ ਨੇ ਜੋ ਆਪਾਂ ਨੂੰ ਇੱਕ ਵੱਖਰਾ ਰੂਪ, ਵੱਖਰਾ ਬਾਣਾ, ਵੱਖਰੀ ਸੂਰਤ ਸਾਨੂੰ ਬਾਣੀ ਬਖਸ਼ੀ, ਬਾਣਾ ਬਖਸ਼ਿਆ, ਪੰਜ ਕਕਾਰ ਬਖਸ਼ੀ ਹੈ, ਸਾਨੂੰ ਫਤਿਹ ਬਖਸ਼ੀ ਹੈ। ਆਪਾਂ ਪਰਸੋਂ ਤੋਂ ਲੈ ਕਰਕੇ ਖਾਲਸਾ ਪੰਥ ਨੂੰ ਸਮਰਪਿਤ ਆਪਾਂ ਦਿਹਾੜੇ ਮਨਾ ਰਹੇ ਹਾਂ। ਅੱਜ ਦਾ ਦੀਵਾਨ ਵੀ ਆਪਾਂ ਖਾਲਸਾ ਦਿਵਸ ਨੂੰ ਸਮਰਪਿਤ ਜੋ ਮਨਾਇਆ ਜਾ ਰਿਹਾ, ਆਓ ਆਪਾਂ ਪਿਆਰਿਓ ਸਤਿਕਾਰਯੋਗ ਹੈ, ਉਹਨਾਂ ਬੱਚਿਆਂ ਨੂੰ ਸਨਮਾਨ ਮਿਲਿਆ ਏ ਜਿਨ੍ਹਾਂ ਬੱਚਿਆਂ ਨੇ ਸੋਹਣੀਆਂ ਦਸਤਾਰਾਂ ਸਜਾਈਆਂ ਨੇ, ਉਹਨਾਂ ਬੱਚਿਆਂ ਨੂੰ ਮਾਣ ਮਿਲਿਆ ਜਿਨ੍ਹਾਂ ਨੇ ਕਿ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕੀਤਾ। ਗੁਰਮੁਖ ਪਿਆਰਿਓ, ਉਹ ਧੰਨਾ ਮਾਤਾ ਪਿਤਾ ਜਿਨ੍ਹਾਂ ਨੇ ਇਹਨਾਂ ਬੱਚਿਆਂ ਦੇ ਵਿੱਚ ਐਸੇ ਸੰਸਕਾਰ ਪੈਦਾ ਕੀਤੇ, ਉਹਨਾਂ 'ਚ ਐਸੇ ਸੰਸਕਾਰ ਭਰੇ। ਆਓ ਗੁਰਮੁਖ ਪਿਆਰਿਓ, ਸਾਨੂੰ ਲੋੜ ਆ ਸਾਡੇ ਪੰਥ ਨੂੰ। ਅੱਜ ਮੈਂ ਗੱਲ ਕਰਨੀ ਹੈ ਉਸ ਟਾਈਮ ਦੀ ਕਿ ਜਿਸ ਟਾਈਮ ਧੰਨ ਗੁਰੂ ਦਸ਼ਮੇਸ਼ ਪਿਤਾ ਬਾਜਾ ਵਾਲੇ ਪਾਤਸ਼ਾਹ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਤੀਸਰਾ ਪੰਥ, ਖਾਲਸਾ ਪੰਥ ਸਾਜਿਆ। ਸੋ ਸਭ ਤੋਂ ਪਹਿਲਾਂ ਮੈਂ ਸਾਡੇ ਸਤਿਕਾਰਯੋਗ ਉਹਨਾਂ ਪਰਿਵਾਰਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਕਿ ਤਕਰੀਬਨ 15 ਸਾਲ ਤੋਂ ਲੈ ਕਰਕੇ ਗੁਰੂ ਪਿਆਰੇ ਆਏ ਸਾਲ ਇਹਨਾਂ ਦਿਨਾਂ ਦੇ ਵਿੱਚ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਸ਼ੁਕਰਾਨਾ ਕਰਦੇ ਆ ਸਰਬੱਤ ਦੇ ਭਲੇ ਦੇ ਲਈ, ਬੋਭਾ ਰਾਏ ਪਰਿਵਾਰ, ਗਰੇਵਾਲ ਪਰਿਵਾਰ, ਸਿੱਖ ਪਰਿਵਾਰ, ਸਿੱਧੂ ਪਰਿਵਾਰ, ਉਹਨਾਂ ਪਰਿਵਾਰਾਂ ਦਾ ਵੀ ਧੰਨਵਾਦ। ਆਓ ਗੁਰਮੁਖੋ, ਮੈਂ ਜਿਸ ਟਾਈਮ ਧੰਨ ਗੁਰੂ ਦਸ਼ਮੇਸ਼ ਪਿਤਾ ਬਾਜਾ ਵਾਲੇ ਪਾਤਸ਼ਾਹ ਜੀ ਨੇ 1699 ਦੀ ਵਿਸਾਖੀ ਦਾ ਦਿਨ ਮੁਕਰਰ ਕੀਤਾ ਖਾਲਸਾ ਪੰਥ ਸਥਾਪਨਾ ਕਰਨ ਦੇ ਲਈ, ਆਲ ਵਰਲਡ ਦੇ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੈਂਦਾ ਸਿੱਖ ਵਸਦੇ ਆ ਸਭ ਦਾ ਹੀ ਫਰਮਾਨ ਭੇਜ ਦਿੱਤੇ ਹੈ। ਤੇ ਸਤਿਗੁਰਾਂ ਨੇ ਇਹ ਵੀ ਗੱਲ ਕਹਿ ਦਿੱਤੀ ਵੀ ਜੋ ਇਸ ਵਿਸਾਖੀ ਤੇ ਨਾ ਆਇਆ ਤੇ ਅਸੀਂ ਸਮਝਾਂਗੇ ਉਹ ਗੁਰੂ ਤੋਂ ਬੇਮੁਖ ਹੋਇਆ ਹੈ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰ ਤੋਂ ਬੇਮੁਖ ਹੋ ਗਿਆ। ਜਿਵੇਂ ਜਿਵੇਂ ਫਰਮਾਨ ਮਿਲਿਆ ਤੇ ਧੰਨ ਗੁਰੂ ਦਸ਼ਮੇਸ਼ ਪਿਤਾ ਬਾਜਾ ਵਾਲੇ ਪਾਤਸ਼ਾਹ ਜੀ ਦਾ ਹੁਕਮ ਮੰਨਦੇ ਹੋਏ ਤੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਸਮੁੱਚੀ ਸਿੱਖ ਕੌਮ ਇਕੱਤਰ ਹੋਈ ਹੈ, ਵਿਸਾਖੀ ਦਾ ਦਿਹਾੜਾ ਆ ਗਿਆ, ਦਸ਼ਮੇਸ਼ ਪਿਤਾ ਬਾਜਾ ਵਾਲੇ ਪਾਤਸ਼ਾਹ ਜੀ ਨੇ ਖੁੱਲ੍ਹਾ ਪੰਡਾਲ ਸਜਾਇਆ ਹੋਇਆ ਹੈ। ਦਸ਼ਮੇਸ਼ ਪਿਤਾ ਬਾਜਾ ਵਾਲੇ ਹੱਥ ਦੇ ਵਿੱਚ ਨੰਗੀ ਤਲਵਾਰ ਫੜ ਕੇ ਅਤੇ ਆਹ ਦੱਸਦਾ ਕਿ 80,000 ਦੇ ਇਕੱਠ ਨੂੰ ਸੰਬੋਧਨ ਕੀਤਾ, ਜੋਸ਼ ਭਰੀਆਂ ਤਕਰੀਰਾਂ ਕੀਤੀਆਂ ਨੇ ਕਿ ਜਦੋਂ ਸਾਨੂੰ ਅੱਜ ਇੱਕ ਸਿਸ਼ਤੀ ਲੋੜ ਆ, ਕੋਈ ਸੂਰਮਾ, ਕੋਈ ਯੋਧਾ ਉੱਠੇ ਜਿਸ ਨੂੰ ਆਪਣੀ ਜਾਨ ਨਹੀਂ ਪਿਆਰੀ ਤੇ ਆਪਣਾ ਸੀਸ ਆਪਣੇ ਗੁਰੂ ਨੂੰ ਅਰਪਣ ਕਰ ਦੇ। ਤਾਂ ਸਭ ਤੋਂ ਪਹਿਲਾਂ ਭਾਈ ਦਇਆ ਰਾਮ ਉੱਠ ਕੇ ਖੜਾ ਹੋਇਆ, ਲਾਹੌਰ ਦੇ ਰਹਿਣ ਵਾਲਾ। ਗੁਰਮੁਖੋ,
ਦਸ਼ਮੇਸ਼ ਤਵਾਜਾ ਵਾਲੇ ਪਾਤਸ਼ਾਹ ਨੇ ਦਇਆ ਉੱਥੋਂ ਪੈਦਾ ਕੀਤੀ ਹੈ ਜਿੱਥੇ ਕਿ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਸੀ, ਉੱਥੋਂ ਦਇਆ ਚੱਲ ਕੇ ਆਈ। ਜਦੋਂ ਦੂਸਰੀ ਵਾਰ ਫਿਰ ਸਟੇਜ 'ਤੇ ਆਏ ਆ, ਦਇਆ ਰਾਮ ਖੱਤਰੀ ਨੂੰ ਬਾਜਾ ਵਾਲੇ ਪਾਤਸ਼ਾਹ ਤੰਬੂ ਵਿੱਚ ਲੱਗੇ ਗਏ ਆ, ਤਲਵਾਰ ਦਾ ਖਰਾਬ ਹੋਇਆ, ਸੀਸ ਧੜ ਤੋਂ ਅਲੱਗ ਕੀਤਾ, ਦਸ਼ਮੇਸ਼ ਪਿਤਾ ਬਾਜਾ ਵਾਲੇ ਪਾਤਸ਼ਾਹ ਲਹੂ ਨਾਲ ਲਿਪੜੀ ਹੋਈ ਉਹ ਤਲਵਾਰ ਲੈ ਕੇ ਫਿਰ ਅਸਮਾਨ ਵਿੱਚ ਲਹਿਰਾਈ ਹੈ, ਇੱਕ ਸੀਸ ਦੀ ਹੋਰ ਮੰਗ ਕੀਤੀ ਹੈ ਅਤੇ ਧਰਮ ਚੰਦ ਉੱਠ ਕੇ ਖੜਾ ਹੋ ਗਿਆ। ਦਿੱਲੀ ਦੇ ਰਹਿਣ ਵਾਲਾ, ਹਸਤਨਾਪੁਰ ਦੇ ਰਹਿਣ ਵਾਲਾ, ਆਪਣਾ ਸੀਸ ਅਰਪਣ ਕੀਤਾ। ਦਸ਼ਮੇਸ਼ ਪਿਤਾ ਬਾਜਾ ਵਾਲੇ ਪਾਤਸ਼ਾਹ ਨੇ ਧਰਮ ਉੱਥੋਂ ਪੈਦਾ ਕੀਤਾ ਜਿੱਥੇ ਕਿ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਧਰਮ ਦੀ ਖਾਤਰ, ਜੱਜੂ ਤਿਲਕ ਦੀ ਖਾਤਰ ਸ਼ਹੀਦੀ ਪ੍ਰਾਪਤ ਕੀਤੀ ਹੈ। ਉੱਥੋਂ ਧਰਮ ਆਇਆ ਚੱਲ ਕੇ। ਬਾਜਾ ਵਾਲੇ ਪਾਤਸ਼ਾਹ ਜੀ ਨੇ ਜਦੋਂ ਤੀਸਰੀ ਵਾਰ ਫਿਰ ਆ ਕੇ ਸਮੁੱਚੀਆਂ ਸੰਗਤਾਂ ਨੂੰ ਸੰਬੋਧਨ ਕੀਤਾ, ਇੱਕ ਚੀਜ਼ ਦੀ ਹੋਰ ਮੰਗ ਕੀਤੀ ਹੈ ਨਾ, ਤਾਂ ਗੁਰਮੁਖੂ ਮੋਹਕਮ ਚੰਦ ਉੱਠ ਕੇ ਖੜਾ ਹੋ ਗਿਆ ਹੈ ਦਵਾਰਕਾ ਦੇ ਰਹਿਣ ਵਾਲਾ। ਸਤਿਗੁਰਾਂ ਨੇ ਉੱਥੋਂ ਮੋਹਕਮ ਪੈਦਾ ਕੀਤਾ, ਦ੍ਰਿੜਤਾ ਪੈਦਾ ਕੀਤੀ ਹੈ, ਜਿੱਥੇ ਕਿ ਇੱਕ ਕਥਾ ਜੁੜੀ ਹੋਈ ਹੈ। ਦਵਾਰਕਾ ਦੇ ਜੋ ਇੱਕ ਪੁਰੀ ਹੈ, ਜੋ ਹਿੰਦੂਆਂ ਦੀ ਸੱਤਾਂ ਪੁਰੀਆਂ ਦੇ ਵਿੱਚ ਇੱਕ ਪੁਰੀ ਆਉਂਦੀ ਹੈ, ਗੁਰਮੁਖ ਕਹਿੰਦੇ ਕ੍ਰਿਸ਼ਨ ਅਤੇ ਜਰਾਸੰਧ ਦਾ ਜੰਗ ਹੋਇਆ ਅਤੇ ਜਿਸਦੇ ਵਿੱਚ ਕ੍ਰਿਸ਼ਨ ਰਾਣ ਛੱਡ ਕੇ ਭੱਜ ਗਿਆ ਹੈ। ਜਦੋਂ ਪਤਾ ਲੱਗਾ ਮੈਥੋਂ ਇਹ ਜੰਗ ਜਿੱਤੀ ਨਹੀਂ ਜਾਣੀ, ਕਰਮ ਯੋਗੀ ਕ੍ਰਿਸ਼ਨ ਰਾਣ ਛੂੜ ਬਣ ਗਿਆ। ਰਾਣ ਛੂੜ ਮੰਦਰ ਵੀ ਬਣਿਆ ਹੋਇਆ ਉਹਦੀ ਯਾਦ ਦੇ ਵਿੱਚ। ਦਸ਼ਮੇਸ਼ ਪਿਤਾ ਬਾਜਾ ਵਾਲੇ ਪਾਤਸ਼ਾਹ ਜੀ ਨੇ ਉੱਥੋਂ ਮੋਹਕਮ ਪੈਦਾ ਕੀਤਾ, ਦ੍ਰਿੜਤਾ ਪੈਦਾ ਕੀਤੀ ਹੈ। ਖਾਲਸਾ ਕੀਮਾ ਕੀਮਾ ਹੋ ਸਕਦਾ ਹੈ, ਵੱਢਿਆ ਜਾ ਸਕਦਾ ਹੈ, ਪਰ ਮੈਦਾਨ ਨਹੀਂ ਛੱਡਦਾ। ਜਦੋਂ ਆ ਕੇ ਦਸ਼ਮੇਸ਼ ਪਿਤਾ ਬਾਜਾ ਵਾਲੇ ਪਾਤਸ਼ਾਹ ਨੇ ਚੌਥੀ ਵਾਰ ਫਿਰ ਆਵਾਜ਼ ਦਿੱਤੀ ਹੈ ਨਾ, ਤਾਂ ਗੁਰੂ ਪਿਆਰਿਓ ਤਾਂ ਉਸ ਟਾਈਮ 'ਤੇ ਹਿੰਮਤ ਰਾਏ ਉੱਠ ਕੇ ਖੜਾ ਹੋ ਗਿਆ। ਦਸ਼ਮੇਸ਼ ਪਿਤਾ ਬਾਜਾ ਵਾਲੇ ਪਾਤਸ਼ਾਹ ਨੇ ਹਿੰਮਤ ਉੱਥੋਂ ਪੈਦਾ ਕੀਤੀ ਹੈ ਜਗਨਨਾਥਪੁਰ ਦੇ ਵਿੱਚੋਂ, ਜਿੱਥੇ ਕਿ ਕ੍ਰਿਸ਼ਨ ਦੀ ਯਾਦ ਦੇ ਵਿੱਚ ਇੱਕ ਬੁੱਤ ਬਣਿਆ ਹੋਇਆ, ਨਾ ਉਹਦੇ ਬਾਹਾਂ ਅਤੇ ਨਾ ਉਹਦੇ ਲੱਤਾਂ, ਉਹ ਲੱਤਾਂ ਅਤੇ ਬਾਹਾਂ ਤੋਂ ਬਿਨਾਂ ਇਨਸਾਨ ਨਕਾਰਾ ਏ। ਬਾਜਾ ਵਾਲੇ ਪਾਤਸ਼ਾਹ ਤੋਂ ਹਿੰਮਤ ਲੈ ਕੇ ਆਉਂਦੀ। ਗੁਰਮੁਖ ਪਿਆਰਿਓ ਜਦੋਂ ਪੰਜਵੀਂ ਆਵਾਜ਼ ਦਿੱਤੀ ਆ ਨਾ ਦਸ਼ਮੇਸ਼ ਪਿਤਾ ਬਾਜਾ ਵਾਲੇ ਪਾਤਸ਼ਾਹ ਨੇ, ਕੋਈ ਸੂਰਮਾ ਕੋਈ ਯੋਧਾ ਉੱਠੇ ਤੇ ਆਪਣਾ ਸੀਸ ਆਪਣੇ ਗੁਰੂ ਨੂੰ ਅਰਪਣ ਕਰ ਦੇਵੇ, ਤਾਂ ਸਾਹਿਬ ਚੰਦ ਬਿਦਰ ਦੇ ਰਹਿਣ ਵਾਲਾ ਉੱਠ ਕੇ ਖੜਾ ਹੋ ਗਿਆ। ਗੁਰਮੁਖ ਸਾਹਿਬੀ ਬਾਜਾ ਵਾਲੇ ਪਾਤਸ਼ਾਹ ਨੇ ਉੱਥੋਂ ਲੈ ਕੇ ਆਉਂਦੀ ਹੈ ਜਿੱਥੇ ਕਿ ਬਿਦਰ ਰਹਿੰਦਾ ਸੀ, ਜੋ ਕਿ ਦੁਰਯੋਧਨ ਨਾਲ ਵਰ ਗਿਆ ਤਾ, ਉਹਨਾਂ ਦੇ ਸਰੀਕੇ ਦੇ ਵਿੱਚੋਂ ਉਹਨਾਂ ਦਾ ਭਾਈ ਲੱਗਦਾ ਸੀ। ਤਾਂ ਗੁਰਮੁਖ ਪਰ ਉਸ ਨੂੰ ਦਾਸੀ ਦਾ ਪੁੱਤਰ ਸਮਝ ਕੇ ਉਸ ਨੂੰ ਦੁਰੇ ਦੁਰੇ ਕਹਿ ਕੇ ਦਕਾਰਿਆ ਜਾਂਦਾ ਸੀ। ਕ੍ਰਿਸ਼ਨ ਨੂੰ ਮਿਲਣ ਦਾ ਗਿਆ, ਉਹਨੇ 36 ਪ੍ਰਕਾਰ ਦੇ ਖਾਣੇ ਜ਼ਰੂਰ ਦੁਰਯੋਧਨ ਦੇ ਠਕਰਾ ਦਿੱਤੇ, ਪਰ ਬਿਦਰ ਨੂੰ ਸਹਿਬੀ ਨਹੀਂ ਬਖਸ਼ ਸਕਿਆ, ਉਹਨੂੰ ਰਾਜ ਨਹੀਂ ਦਵਾ ਸਕਿਆ। ਦਸ਼ਮੇਸ਼ ਪਿਤਾ ਬਾਜਾ ਵਾਲੇ ਪਾਤਸ਼ਾਹ ਤੋਂ ਸਹਿਬੀ ਪੈਦਾ ਕੀਤੀ ਹੈ। ਪੰਜਾਂ ਸਿੰਘਾਂ ਦਾ ਸੀਸ ਚਟਕਣ ਤੋਂ ਬਾਅਦ ਬਾਜਾ ਵਾਲੇ ਪਾਤਸ਼ਾਹ ਜੀ ਨੇ ਸਤਲੁਜ ਦਰਿਆ ਤੋਂ ਪਵਿੱਤਰ ਜਲ ਮੰਗਾਇਆ। ਗੁਰਮੁਖ ਤੇ
ਪਾਟੇ ਵਿੱਚ ਪਾ ਕੇ ਬਾਜਾਂ ਵਾਲੇ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ ਅਤੇ ਖੰਡਾ ਫੇਰਨਾ ਸ਼ੁਰੂ ਕੀਤਾ ਹੈ। ਖੰਡਾ ਸ਼ਬਦ ਹੈ ਫਾਰਸੀ ਦਾ, ਜਿਸ ਨੂੰ ਕਹਿੰਦੇ ਆ ਮੌਤ। ਬਾਜਾਂ ਵਾਲੇ ਪਾਤਸ਼ਾਹ ਜੀ ਨੇ ਖਾਲਸੇ ਨੂੰ ਮੌਤ ਘੋਲ ਕੇ ਪਿਆ ਦਿੱਤੀ ਅਤੇ ਮੌਤ ਦਾ ਖੌਫ ਵੀ ਚੱਕ ਦਿੱਤਾ ਹੈ। ਆਓ ਵੇਖੋ, ਜਦੋਂ ਅੰਮ੍ਰਿਤ ਤਿਆਰ ਹੋ ਗਿਆ ਦਸ਼ਮਿਸ਼ ਦਾ, ਬਾਜਾਂ ਵਾਲੇ ਪਾਤਸ਼ਾਹ ਜੀ ਨੇ ਇੱਕ ਚਿੜੇ ਨੂੰ ਇਸ਼ਾਰਾ ਕੀਤਾ ਹੈ। ਜਦੋਂ ਚਿੜੇ ਨੇ ਚੁੰਝ ਭਰੀ ਆ ਨਾ ਭਰੀਆਂ ਅੰਮ੍ਰਿਤ ਦੇ ਵਿੱਚੋਂ, ਤੇ ਜਾ ਕੇ ਬਾਜ ਦਾ ਦੁਬਾ ਦੁਬਾ ਕਰ ਦਿੱਤਾ, ਖੰਖ ਲਾ ਦਿੱਤੇ, ਉਸਨੂੰ ਟਾਲਿਆ ਹੈ। ਤਾਂ ਗੁਰੂ ਮਾਤਾ ਸਾਹਿਬ ਦੇਵਾਂ ਇਹ ਸੀਨ ਦੇਖ ਰਹੀ ਹੈ, ਲਿਆਣ ਕੇ ਮਿਠਾਸ ਵਿੱਚ ਘੋਲ ਦਿੱਤੀ ਹੈ, ਪਤਾਸੇ ਘੋਲ ਦਿੱਤੇ ਆ। ਆਓ, ਬਾਜਾਂ ਵਾਲੇ ਪਾਤਸ਼ਾਹ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਜਿਵੇਂ ਖਾਲਸਾ ਪੰਥ ਸਾਜਿਆ, ਆਓ ਮਹਾਕਵੀ ਬਾਬੂ ਰਜਬ ਅਲੀ ਖਾਨ ਦੀ ਸਾਹੋ ਕੇ ਅੰਮ੍ਰਿਤਸਰ ਤੋਂ ਛੋਟੇ ਸ਼ਗਿਰਦਾ ਸੂਬੇਦਾਰ ਹੰਸ ਸਿੰਘ ਬਰਾੜ ਮਾਣੀ ਖਿਲਾੜੇ ਮੁੰਡੀ ਕੰਮ ਤੋਂ, ਜਿਵੇਂ ਦਸ਼ਮੇਸ਼ ਪਿਤਾ ਬਾਜਾਂ ਵਾਲੇ ਪਾਤਸ਼ਾਹ ਜੀ ਨੇ ਸਾਨੂੰ ਗ੍ਰਹਿਤਾ ਦੱਸੀਆਂ, ਜੋ ਸਾਨੂੰ ਹੁਕਮ ਦਿੱਤੇ। ਆਓ, ਕਿਧਰੇ ਦੇ ਸ਼ੇਰਾਂ ਦਾ ਜਿਵੇਂ ਬਾਜਾਂ ਵਾਲੇ ਪਾਤਸ਼ਾਹ ਨੇ ਪੰਥ ਸਾਜਿਆ, ਉਹ ਸੀਨ ਸਾਹੋ ਕੇ ਵਾਲੇ ਜਥੇ ਵੱਲੋਂ ਇਉਂ ਬੇਨਤੀ ਕੀਤੀ ਜਾ ਰਹੀ ਹੈ। ਲੋ ਬਾਟੇ ਵਿੱਚ ਪਾ ਲਿਆ ਲੈ ਸਤਲੁਜ ਦਾ ਨੀਰ, ਆ ਬਹਿਆ ਤਬਣਾ ਰਿਹਾ ਸਿੱਖ ਧਰਮ ਦਾ ਪੀਰ। ਬਈ ਪਾਣੀ ਪਾ ਬਾਟੇ ਵਿੱਚ ਠੰਡਾ, ਸਤਗੁਰ ਵਿੱਚ ਫੇਰ ਦੇ ਖੰਡਾ, ਮੁਖ ਸੋ ਪੰਜ ਬਾਣੀਆਂ ਪੜੀਆਂ, ਸੁਣ ਕੇ ਸ਼ਬਦ ਗਈਆਂ ਲੱਗ ਚੱਲ।
ਪ੍ਰਤੀ ਕਰਨੀ ਰੱਖ ਜਾ।